जा संतां दी किस्मत वालियां करमां वालियां भागां वालियां मुकद्दर तेरा बड़ा तेज आ, बाहरले देशां नूं जाएगी, हवाई जहाजां दी सैर करेंगी, मापियां नूं सुख देंगी, नोटां दा बिस्तरा बिछा के सोया करेंगी, 500 दे नोटां दा लवा दिए सराहना, तैनूं इक बचन करके जाणा, बोल बचन कर दिए, गुस्सा तां नहीं करेंगी? ओ हैलो, तुसी कौन बोल रहे हो? बुल्ला की जाना मैं कौन आ, जोगियां फकीरां दा कोई नां नहीं हुंदा चेलीए, ना मैं पंडित ना मैं काजी, पता नहीं रब केड़ा रंगा विच राजी, बंदा सारी उम्र मैं करदा मर जांदा, मैं तां बकरियां करदियां हुंदियां ने। आ चेलीए कोई गुड़दा डला कोई दुधदा पला तेरा कर दिए भला, तेरी जय जयकार हो जानी है, तैनूं दे दिए गिद्दड़ सिंगी विंग तड़िंगी हाथ जोड़ी प्रेम जोड़ी सुरग बूटी जिमनी बूटी दे दिए, फिर मनेगी बाबिआं नूं? पहले दसो तुसी मेरा नंबर कित्थों लिया? गुस्सा खागी लगदी है चेलीए, गुस्सा ना कर, गुस्से तो तैनूं की जंतर दे के जावांगे, 21 सिद्धां दा लाल खमणी नूं 7.5 गंढां दे के खब्बे गुटना बन ली, 11.25 रुपये दे चौल, 3 वीरवार कीड़ियां दे भौण नूं खवाउण दा कर दिए प्रबंध, ते तैनूं गुस्सा आउणा हो जाए बंद, फिर मन्नेगी बाबिआं नूं? एक होर तैनूं राज दी गल दस दिए, तेरे मेहदे च गर्मी है कुड़िए, अंब दा चार लाल मिर्च ते तत्ती चाह तो कर परहेज, ते मिठा रख थोड़ा जिहा तेज, ते तेरा मेहदा सरकारी खजाने वांगू खाली ना हो गया, मैनूं फकीर ना कहीं। ਤੁਹਾਨੂੰ ਕਿਵੇਂ ਪਤਾ ਮੇਰੇ ਮੇਹਦੇ ਚ ਗਰਮੀ ਆ? ਬੱਚਾ ਬਾਬੇ ਸਭ ਜਾਣੀ ਜਾਣਨੇ, ਉੱਪਰੋਂ ਆਕਾਸ਼ਬਾਣੀ ਹੋ ਜਾਂਦੀ ਆ, ਕਿਸਮਤ ਵਾਲੀਆਂ ਭਾਗਾਂ ਵਾਲੀਆਂ, ਬਾਬਿਆਂ ਨੇ ਤੋੜਿਆ ਮੌਨ ਤੇ ਤੈਨੂੰ ਲਾ ਲਿਆ ਫੋਨ, ਮੰਗ ਲੈ ਜੋ ਮੰਗਣਾ ਬੱਚਾ, ਤੈਨੂੰ ਦੇ ਦਈਏ ਹੁਸਨ ਬੂਟੀ ਦਾ ਚੂਰਨ, ਤੜਕੇ ਉੱਠ ਕੇ ਨਿਰਨੇ ਕਾਲ ਦੇ ਸੱਜਰੇ ਪਾਣੀ ਨਾਲ ਇੱਕ ਚਮਚਾ ਲੈ ਲਈ, 11 ਦਿਨਾਂ ਚ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕਲਿਆ ਹੋਊਗਾ, ਮੰਨੇਗੀ ਬਾਬਿਆਂ ਨੂੰ? ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਦੀ ਹਾਂ, ਮੈਂ ਬਾਹਰਲੇ ਮੁਲਕ ਜਾਣਾ ਚਾਹੁੰਦੀ ਹਾਂ, ਤੁਸੀਂ ਉਹਦੇ ਲਈ ਕੁਛ ਕਰ ਸਕਦੇ ਹੋ? ਉਹਦਾ ਵੀ ਕਰ ਦਿਆਂਗੇ ਇਲਾਜ, ਸੁੱਖ ਲੱਗੂਗੀ, 250 ਰੁਪਈਆ, ਇੱਕ ਦਾਰੂ ਦੀ ਬੋਤਲ ਤੇ ਕਾਲੇ ਰੰਗ ਦੀ ਮੁਰਗੀ, ਤੇਰਾ ਬਾਹਰਲਾ ਕੰਮ ਵੀ ਕਰਾ ਦਿਆਂਗੇ ਫਤਿਹ, 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ, ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਸੱਜੀ ਅੱਖ ਚ ਪਾ 2.25 ਸਲਾਈਆਂ, ਤੇਰਾ ਬੀਜਾ ਰੋਕਣ ਵਾਲੇ ਗ੍ਰਹਿ ਨੂੰ ਪਾ ਲਈਏ ਨੱਥ, ਤੇ ਪੂਰੇ 2 ਮਹੀਨੇ 21 ਦਿਨਾਂ ਬਾਅਦ ਤੇਰਾ ਪਵਾ ਦੀਏ ਜਹਾਜ਼ ਦੀ ਬਾਰੀ ਨੂੰ ਹੱਥ, ਫਿਰ ਮੰਨੇਗੀ ਬਾਬਿਆਂ ਨੂੰ? ਚਲੋ ਮੰਨ ਤਾਂ ਮੈਂ ਜਾਊਂਗੀ, ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ? 250 ਰੁਪਏ ਦੀ ਸੁੱਖ ਲੱਗੂਗੀ, ਅੱਜ ਤੋਂ 2 ਮਹੀਨੇ 22 ਦਿਨਾਂ ਬਾਅਦ ਟਰਾਂਟੋ ਬੈਠੀ ਯਾਦ ਕਰੇਂਗੀ ਬਾਬਿਆਂ ਨੂੰ। ਪਰ ਬਾਬਾ ਜੀ ਮੈਨੂੰ ਗੱਲ ਦੱਸੋ, ਮੈਂ ਤੁਹਾਨੂੰ ਹੁਣੇ ਪੈਸੇ ਕਿਵੇਂ ਦੇ ਸਕਦੀ ਹਾਂ? ਕੋਈ ਨਾ ਚੇਲੀ, ਇਹਦਾ ਵੀ ਕਰ ਲਾਂਗੇ ਪ੍ਰਬੰਧ, ਬਾਬਿਆਂ ਦੇ ਮੋਬਾਈਲ ਫੋਨ 'ਚ ਬੈਲੈਂਸ ਪਵਾ ਦੇ, ਨਾਲੇ ਬਾਬਿਆਂ ਦੀ ਰਿੰਗਟੋਨ ਚੱਲ ਪਊ, ਨਾਲੇ 4 ਪੈਸੇ ਬਾਬਿਆਂ ਦੇ ਬੈਲੈਂਸ ਹੋ ਜਾਣਗੇ, ਬਾਬਿਆਂ ਦੀ ਹੋ ਜਾਣੀ ਹੈ, ਬਹਿ ਜਾ ਤੇਰੀ ਹੋ ਜਾਣੀ ਹੈ ਜੈ ਜੈਕਾਰ। ਪੈਸੇ ਦਾ ਮਾਣ ਨਹੀਂ ਕਰੀਦਾ ਕੁੜੀਏ, ਅੱਜ ਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ, ਨਾਲੇ ਬਾਬੇ ਨਾਨਕ ਨੇ ਵੀ ਕਹਿਤਾ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਚਲੋ ਠੀਕ ਹੈ, ਇੱਕ ਗੱਲ ਹੋਰ, ਮੈਂ ਨਾ ਲਵ ਮੈਰਿਜ ਕਰਾਉਣਾ ਚਾਹੁੰਦੀ ਹਾਂ, ਉਹਦੇ ਲਈ ਤੁਸੀਂ ਕੁਛ ਕਰ ਸਕਦੇ ਹੋ? 1,150 ਰੁਪਈਆ ਤੇ ਲਾਲ ਚੁੰਨੀ ਕਰਦੇ ਬਾਬਿਆਂ ਨੂੰ ਦਾਨ, ਇਹਦਾ ਵੀ ਕੱਢ ਲਾਂਗੇ, ਹੱਲ ਬਣ ਜੂ ਤੇਰੀ ਗੱਲ। ਤੈਨੂੰ ਦੇ ਦਈਏ ਪ੍ਰੇਮ ਬੂਟੀ, 16 ਕਿਸਮ ਦੀਆਂ ਸੱਪਣੀਆਂ ਦੀਆਂ ਜੀਭਾਂ ਨੂੰ ਕੇਸਰ ਤੇ ਸੰਧੂਰ ਚ ਰਗੜ ਕੇ ਬਣਾਇਆ ਹੋਇਆ ਚੂਰਨ ਦੇਵਾਂਗੇ, 1.25 ਮਹੀਨਾ ਸਿਰਹਾਣੇ ਦੇ ਸੱਜੇ ਪਾਸੇ ਰੱਖ ਕੇ ਸੌਂਜਿਆ ਕਰੀ, ਪ੍ਰੇਮ ਬੂਟੀ ਦਾ ਇੱਕ ਪੱਤਾ ਵਾਲ ਬਹੁੰਦੀ ਬਹੁੰਦੀ ਸਿਰ ਤੋਂ ਵਾਰ ਕੇ ਅੱਗ 'ਚ ਸਾੜ ਦੀ, ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ, ਤੇ ਤੇਰੀ ਲਵ ਮੈਰਿਜ ਦਾ ਹੋਜੂ ਪ੍ਰਬੰਧ, ਪੂਰਾ 51 ਦਿਨਾਂ ਬਾਅਦ ਪਾ ਕੇ ਚੂੜਾ ਮਹਿੰਗਾ 12 ਕਿਲੋ ਦਾ ਲਹਿੰਗਾ, ਮੈਰਿਜ ਪੈਲਸ ਦੀ ਸ਼ਗਨ ਵਾਲੀ ਕੁਰਸੀ ਤੇ ਬੈਠੀ ਝੂਟੇ ਲੈਂਦੀ ਹੋਏਗੀ, ਫਿਰ ਮੰਨੇਗੀ ਬਾਬਿਆਂ ਨੂੰ? ਅੱਛਾ ਬਾਬਾ ਜੀ ਮੇਰੀ ਪੜ੍ਹਾਈ ਬਾਰੇ ਵੀ ਕੁਛ ਦੱਸੋ। ਇਹ ਕੰਮ ਵੀ ਤੇਰਾ ਹੋ ਜੂ ਚੇਲੀਏ, ਤੈਨੂੰ ਦੇਵਾਂਗੇ ਵਿੱਦਿਆ ਬੂਟੀ ਦੇ 101 ਪੱਤੇ, ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ 1-1 ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ 'ਚ ਰੱਖ ਲਈ, ਵਿੱਦਿਆ ਦੇਵੀ ਤੇਰਾ ਫੜੂਗੀ ਹੈਂਡ ਆਈਲੈਟ 'ਚੋਂ ਦਵਾ ਦੀਏ 7.5 ਪੈਂਡ, ਵਿੱਦਿਆ ਬੂਟੀ ਦੇ 7 ਪੱਤਿਆਂ ਨੂੰ ਕੱਚੀ ਲੱਸੀ 'ਚ ਘੋਲ ਕੇ ਬੀਜਾ ਘਰੇ ਆਊਗਾ, ਬੀਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਂਗੀ ਬਾਬਿਆਂ ਨੂੰ? ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ, ਮੈਂ ਤਾਂ ਧੰਨ ਹੋ ਗਈ ਧੰਨ, ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਦੀ ਹਾਂ। ਜਾ ਸੰਤਾਂ ਦੀ ਜਿਉਂਦੀ ਰਹਿ ਚੇਲੀਏ, ਜੈ ਜੈ ਸ਼ਨੀਦੇਵ, ਬਾਬਿਆਂ ਦਾ ਨੰਬਰ ਕਰ ਲਾ ਸੇਵ, ਤੇਰੀਆਂ ਹੋਰ ਵੀ ਸਹੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ, ਉਹਨਾਂ ਨੂੰ ਕਰਾ ਕੇ ਤਿਆਰੀਆਂ, ਖੁੱਲ੍ਹਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦੀ ਗੱਲ ਤੇ ਕੱਢ ਦਾਂਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ। ਬੋਲ ਜੈ ਸੰਤਾਂ ਦੀ। ਜੈ ਸੰਤਾਂ ਦੀ। ਉਹ ਉੱਚੀ ਬੋਲ ਜੈ ਸੰਤਾਂ ਦੀ। ਜੈ ਸੰਤਾਂ ਦੀ। ਮੰਨ ਗਈ ਨਾ ਬਾਬਿਆਂ ਨੂੰ? ਮੰਨ ਗਈ ਬਾਬਾ ਜੀ ਮੰਨ ਗਈ।